ਕਰ ਰਹੇ ਨਾ, ਉਹ ਜਿਹੜੀ ਆਵਾਜ਼ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਆ ਉਹਨਾਂ ਨੇ ਚਿੱਤ ਦੇ ਨਾਲ ਸਾਂਭੀ ਉਹ, ਸਿਰਫ ਇਹਨਾਂ ਐਂ ਨੇ ਕੰਨਾਂ ਦੇ ਇਹਨਾਂ ਸੰਭਾਲ ਲਈ ਉਹ ਆਵਾਜ਼। ਸਾਨੂੰ ਤਰੀਕੇ ਦੱਸਦੇ ਨੇ ਆ ਕੇ ਵੀ ਤੁਸੀਂ ਵੀ ਐਂ ਸੰਭਾਲੋ ਇਹਨੂੰ। ਸੋ ਮੈਂ ਤਾਂ ਇਹੀ ਕਹਿੰਦਾ ਵੀ ਆਪਾਂ ਇਹਨਾਂ ਦੇ ਬਚਨ ਸੁਣੀਏ ਅਤੇ ਦਿਲੋਂ ਅਰਦਾਸ ਕਰੀਏ ਅਤੇ ਸੱਚੇ ਪਾਤਸ਼ਾਹ ਸਾਨੂੰ ਰਸਤੇ 'ਤੇ ਪਾ ਦੇ। ਗਿਆਨ ਤੁਹਾਨੂੰ ਸਾਨੂੰ ਕੋਈ ਨਹੀਂ ਚਾਹੀਦਾ, ਹੋਰ ਸਾਨੂੰ ਉਸ ਰਸਤੇ 'ਤੇ ਪਾ ਦੇ ਜਿਸ ਰਸਤੇ 'ਤੇ ਜਾ ਕੇ ਆ ਸਾਡੇ ਜਨਮ ਜਨਾਂਤਰਾਂ ਦੇ ਥਕੇਵੇਂ ਆਲੇ ਦੁਆਲੇ ਪਏ ਹੀ ਲੈ ਜਾਣ ਸਾਡੇ। ਇਹ ਪਤਾ ਨਹੀਂ ਹੈ ਸਾਨੂੰ ਇੱਥੇ ਆ ਚਾਰ ਦਿਨ ਦਾ ਸਮਾਂ ਹੈ ਸਾਡੇ ਕੋਲ, ਇਹ ਲੰਘ ਜਾਣਾ ਇੱਥੇ, ਸੁਣੇ ਅਮਰੀਕਾ ਸੁਣੇ ਕਨੇਡਾ ਲੈ ਜਾਣੇ ਉਹਨੇ, ਕੀ ਕਰਦਾ ਕਿੱਥੇ ਸਿੱਟਦਾ ਇਹ ਤਾਂ ਉਹੀ ਜਾਣੇ। ਪਰ ਇਹੋ ਜਿਹੇ ਸਮੇਂ ਮਿਲ ਜਾਣੇ ਆ ਸਰੀਰ ਦੇ ਵਿੱਚ, ਇਹ ਕੇਵਲ ਨਾਮ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਸਾਰਾ ਨਾਮ ਦਾ, ਜਿਨ੍ਹਾਂ ਨੇ ਉਹ ਗੱਲ ਬਚਨ ਸਾਂਭ ਲੈ ਉਹਨਾਂ ਦੇ ਰੋਮ ਰੋਮ ਦੇ ਵਿੱਚ ਉਹ ਪ੍ਰਗਟਿਆ। ਸੋ ਮੇਰੀ ਤਾਂ ਇਹ ਬੇਨਤੀ ਆ, ਦੇਖੋ ਇੱਕ ਅਸੂਲ ਜਿਹਾ ਬਣਾਓ, ਕਿੰਨਾ ਆਪਾਂ ਸਤਿਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਦਾ, ਸਿਰ 'ਤੇ ਚੱਕ ਕੇ ਲਿਆਉਂਦੇ, ਕਿੰਨਾ ਚੌਰ ਕਰਦੇ ਹਾਂ ਉਹਨੂੰ। ਫਿਰ ਇੰਨਾ ਵੀ ਆ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਕੋਈ ਹੋਰ ਹੈ ਹੀ ਨਹੀਂ ਇਸ ਤੋਂ ਵੱਡੀ ਹਸਤੀ। ਦਿਲ ਵਿੱਚ ਇਹੋ ਜਿਹਾ ਫੀਲਿੰਗ ਆ, ਪਰ ਉਹਦੇ ਘਰ ਆ ਜੀ, ਆਪਾਂ ਗੱਲ ਨਾ ਸੁਣੀਏ, ਉਹਦੇ ਕੋਲ ਨਾ ਬੈਠੀਏ, ਆਪਣੇ ਕੋਲ ਪ੍ਰਾਹੁਣਾ ਆ ਜੇ ਆਪਾਂ ਉਹਦੀ ਗੱਲ ਨਾ ਸੁਣੀਏ ਤਾਂ ਕਿੱਦਾਂ ਉਹ ਫੀਲ ਕਰਦਾ। ਕੋਈ ਵੀ ਆ ਜਾਏ, ਕੋਈ ਮਿਨਿਸਟਰ ਆ ਜਾਏ, ਉਹਨੂੰ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਹੁੰਦਾ, ਕੰਮ ਛੱਡ ਕੇ ਸਭ ਕੁਛ ਉਹਦੀ ਗੱਲ ਨੂੰ ਪਹਿਲ ਦਿੰਦਾ ਵੀ ਇਹਦੀ ਗੱਲ ਸੁਣੀਏ। ਸੋ ਮੇਰੇ ਤਾਂ ਇਹੋ ਜਿਹੀਆਂ ਜੋ ਬਚਨ ਆ ਨਾ, ਜੇ ਪਰਿਵਾਰ ਦਾ ਇਕੱਲਾ ਇਕੱਲਾ ਮੈਂਬਰ ਇੱਕ ਇੱਕ ਵਿੱਚ ਵੀ ਨਹੀਂ ਸਮਝਦੇ ਤਾਂ ਸਾਰੇ ਪਰਿਵਾਰ ਦੀਆਂ ਹਾਜ਼ਰੀਆਂ ਦਰਗਾਹ 'ਚ ਲੱਗ ਸਕਦੀਆਂ। ਅਸੀਂ ਸੰਤੋਖ ਲੱਭਦੇ ਫਿਰਦੇ ਹਾਂ, ਮਹਾਰਾਜ ਕਹਿੰਦੇ ਆ ਸੰਤੋਖ ਰੁੱਖ ਆ ਇਹ, ਨਾਨਕ ਗੁਰ ਸੰਤੋਖ ਰੁੱਖ, ਇਹ ਸੰਤੋਖ ਦਾ ਹੀ ਰੁੱਖ ਆ, ਇੱਥੋਂ ਹੀ ਮਿਲਣਾ। ਜੇ ਸਾਨੂੰ ਵਿਸ਼ਵਾਸ ਹੁੰਦਾ, ਸਤਿਪੁਰਖ ਸਾਨੂੰ ਵਾਰ ਵਾਰ ਦੱਸਦੇ ਆ ਨਾਨਕ ਦੁਖੀਆ ਸਭ ਸੰਸਾਰ, ਜੇ ਇਸ ਬਚਨ 'ਤੇ ਵਿਸ਼ਵਾਸ ਆ ਜਾਏ ਫਿਰ ਅਮਰੀਕਾ 'ਚ ਅਸੀਂ ਕਿੱਥੇ ਲੱਭ ਲਾਂਗੇ ਸੁੱਖ, ਜੇ ਗੁਰੂ ਨਾਨਕ ਸਿੰਘ ਨੇ ਕਹਿਤਾ ਵੀ ਸਾਰਾ ਸੰਸਾਰ ਹੀ ਦੁਖੀ, ਫਿਰ ਅਸੀਂ ਕਿਹੜੀ ਚੀਜ਼ 'ਚੋਂ ਸੁੱਖ ਲੱਭ ਲਾਂਗੇ। ਪਰ ਉਹਨੂੰ ਜੋ ਸਾਡੇ ਸੁੱਖ ਅਸੀਂ ਜੋ ਚਾਹਨਾ ਨੇ, ਉਹ ਇਹ ਨਹੀਂ ਕਹਿੰਦਾ ਵੀ ਇਹ ਤੁਹਾਡੇ ਕੋਲ ਹੋਣੇ ਨਹੀਂ ਚਾਹੀਦੇ। Dad.